जमदार जी मोहम्मदीन जी इंदार जी अच्छा समझ आई है ताया करीम होंदा सी तरखान अच्छा ओदे पुत्र दो ने ते बड़े वड्डे लाट लैण ने ठीक है ठीक है ते मिलखी जट जिहड़ा सी ओह साडे आया गया ते सन अपना झूर अच्छा ओह भी साडे आया गया महंगा घुम्यार अच्छा ਉਹ ਸਾਡੇ ਆਇਆ ਗਿਆ ਹੈ ਠੀਕ ਹੈ ਬੱਗਾ ਛੀਨਾ ਪਿੰਡ ਸੀ ਆਪਣਾ ਇਹਦੇ ਨਾਲ ਲੱਗਦੇ ਪਿੰਡ ਉੱਥੇ ਬੱਗੇ ਛੀਨੇ ਪਿੰਡ ਸਨ ਮੈਂ ਛੋਟਾ ਸਾਂ ਅੱਛਾ ਅੱਛਾ ਉਹ ਮਛਾ ਉਹਨੇ ਪਿੱਟੇ ਵੱਢ ਨੰਗਾ ਲਈਏ ਉਹ ਹਾਂ ਹਾਂ ਇਹ ਜਿਹੜੇ ਦੋ ਪਿੰਡ ਸਨ ਨਾ ਛੀਨੇ ਅਤੇ ਬੱਗੇ ਹਾਂ ਛੀਨੇ ਵੀ ਤਰਾਏ ਹਨ ਅਤੇ ਬੱਗੇ ਵੀ ਤਰਾਏ ਸਨ ਅੱਛਾ ਬੱਗੇ ਛੀਨੇ ਦੇ ਜਿਹੜੇ ਲੋਕ ਸਨ ਤੁਹਾਡੇ ਬਜ਼ੁਰਗ ਉਹ ਅੰਮ੍ਰਿਤਸਰ ਸ਼ਹਿਰ ਜਾਂਦੇ ਸਨ ਸੌਦਾ ਸੁਦਾ ਲੈਣ ਨਹੀਂ ਨਾਲ ਇੱਕ ਰਾਸਾ ਹੀ ਪਿੰਡ ਸੀ ਛੋਟੇ ਛੋਟਾ ਜਿਹਾ ਸ਼ਹਿਰ ਸੀ ਕਸਬਾ ਸੀ ਜਿਸ ਤਰ੍ਹਾਂ ਕਦੇ ਚਵਿੰਡਾ ਹੁੰਦਾ ਸੀ ਕੰਮ ਚ ਲਾ ਗਿਆ ਨੇ ਜਿਹੜੀ ਮੇਰੀ ਭਰਜਾਈ ਸੀ ਨਾ ਉਹਨਾਂ ਸਾਰਾ ਸਮਾਨ ਕੰਮ ਚ ਖੜਿਆ ਸੀ ਇੱਕ ਉਹਦੀ ਸਾਲੀ ਦੇ ਪੁੱਤਰ ਸਨ ਅੰਮ੍ਰਿਤਸਰ ਦੇ ਉਹ ਵੀ ਕੰਮ ਚ ਆਏ ਸਨ ਉਹਨਾਂ ਸਮਾਨ ਰੱਖਿਆ ਸੀ ਉਹਨਾਂ ਨੇ ਪੁੱਛਿਆ ਗਿਆ ਉੱਥੇ ਰੋਏ ਲਾਏ ਅਤੇ ਫਿਰ ਆਖਣ ਲੱਗੇ ਵੀ ਕੋਈ ਚੀਜ਼ ਉਹ ਜਿਹੜੀ ਚੀਨੀ ਸੀ ਅਤੇ ਚੌਲ ਵੀ ਸਨ ਅਸੀਂ ਅਫਸਰਾਂ ਤਫਸੀਨਾਂ ਨਾਲ ਨਿਕਲ ਆਏ ਉਹਨਾਂ ਚੌਲ ਅਤੇ ਚੀਨੀ ਉਹਨਾਂ ਨੇ ਸਾਨੂੰ ਦਿੱਤੀ ਉਹਨਾਂ ਆਖਿਆ ਕੋਈ ਨਹੀਂ ਆ ਗਿਆ ਸਾਡੇ ਕੋਲ ਬਾਹਰ ਲੈ ਲੈ ਮੰਦਰ ਸਿਰਲਾ ਕੋਈ ਚੀਜ਼ ਨਹੀਂ ਰਹੀ ਗੱਲ ਕੱਪੜੇ ਸਨ ਜਾਂ ਜਾਣਾ ਸਨ ਉਸ ਤੋਂ ਇਲਾਵਾ ਜੇਕੜੀ ਉਹ ਮਿਲ ਕੇ ਉਹਨਾਂ ਨੇ ਆਖਿਆ ਭਾਈ ਕਿੰਨੇ ਜੀ ਉਹ ਕੋਈ ਚੀਜ਼ ਆ ਗਿਆ ਸਾਡੇ ਕੋਲ ਕੋਈ ਚੀਜ਼ ਬੱਗਿਆਂ ਦਾ ਮੈਂ ਬੱਗਿਆਂ ਦਾ ਹਾਂ ਨਿੱਕੇ ਪਿੰਡ ਦੇ ਅਸੀਂ ਜਿਹਨੂੰ ਜਿੱਥੇ ਬਾਬਾ ਸਰਦਾਰ ਰਸੂਲ ਲੈਣਾ ਅੱਛਾ ਉੱਥੇ ਅਸੀਂ ਸਾਡਾ ਨਾਲ ਦੱਖਣ ਪਾਸੇ ਪਿੰਡੋਂ ਘਰ ਠੀਕ ਹੈ ਖੂਹੀ ਦੇ ਨਾਲ ਸਾਡੀ ਕੰਧ ਸੀ ਅੱਛਾ ਤੇ ਨਾ ਥਕਾ ਹੁੰਦਾ ਸੀ ਅੱਛਾ ਅਤੇ ਉਹ ਪਾਣੀ ਭਰ ਕੇ ਅਤੇ ਸਾਨੂੰ ਦਿੰਦਾ ਸੀ ਅੱਛਾ ਪਿੰਡ ਵਿੱਚ ਠੀਕ ਹੈ ਹਾਂ ਅਤੇ ਵੱਡਾ ਪਿੰਡ ਜਿਹੜਾ ਸੀ ਨਾ ਉਹ ਬੜਾ ਵੱਡਾ ਪਿੰਡ ਸੀ ਹਰ ਦੁਨੀਆਂ ਦੀ ਚੀਜ਼ ਉੱਥੇ ਸੀ ਵੱਡੇ ਪਿੰਡ 'ਚ ਅੱਛਾ ਬੱਗਿਆਂ 'ਚ ਠੀਕ ਹੈ ਅਤੇ ਸਿੱਖ ਵੀ ਚੰਗੇ ਹਨ ਅੱਛਾ ਅਤੇ ਮੇਰਾ ਮਤ ਮਿਲੇ ਕਿ ਉਹ ਨਾ ਦੱਸੋ ਸਨ ਕਿਸੇ ਬੰਦੇ ਕਿਸੇ ਸਿੱਖ ਦਾ ਜਿਹਦੇ ਨਾਲ ਤੁਹਾਡੇ ਵਾਲਾ ਸਾਹਿਬ ਦੀ ਬੜੀ ਪ੍ਰੀਤ ਸੀ ਬੜਾ ਯਰਾਨਾ ਸੀ ਉਹ ਸੰਤ ਸਿੰਘ ਸੀ ਅੱਛਾ ਅਤੇ ਹੁਣ ਮੈਨੂੰ ਨਾਂ ਥੋੜ੍ਹੇ ਥੋੜ੍ਹੇ ਆਉਂਦੇ ਨੇ ਮੈਂ ਕੋਈ ਗੱਲ ਨਹੀਂ ਚਲੋ ਜਿੰਨੇ ਵੀ ਆਉਂਦੇ ਨੇ ਬਰੀਕਾ ਸੀ ਅੱਛਾ ਇਸ ਤਰ੍ਹਾਂ ਦੇ ਨਾਂ ਸਨ ਮੰਗਲ ਸਿੰਘ ਸੀ ਅੱਛਾ ਅਤੇ ਫੁੱਦੂ ਸਾਹਿਬ ਸਨ ਅੱਛਾ ਉਹ ਮਾਂ ਵੱਡੇ ਪਿੰਡ ਦੇ ਹਨ ਜਿਹਦੇ ਨਾਲ ਸਾਡਾ ਮੇਰਾ ਭਾਈ ਲੜਦਾ ਸੀ ਅੱਛਾ ਅੱਛਾ ਉਹਦਾ ਕੀ ਨਾਂ ਸੀ ਉਹਦਾ ਨਾਂ ਦਾ ਨਹੀਂ ਮੈਨੂੰ ਪਤਾ ਅੱਛਾ ਐਵੇਂ ਮੈਂ ਝੂਠ ਮਾਰ ਬੱਗੇ ਪਿੰਡ ਦੀ ਕਿਹੜੀ ਬਾਈ ਸੀ ਖੂਹ ਚੜ੍ਹਦੇ ਪਾਸੇ ਚੜ੍ਹਦੇ ਪਾਸੇ ਖੂਹ ਜਿੱਧਰ ਮੌਕਾ ਸੀ ਨਹਿਰ ਦਾ ਅੱਛਾ ਜਿੱਧਰ ਨਹਿਰ ਦਾ ਮੌਕਾ ਸੀ ਹਾਂ ਅਤੇ ਮੱਝ ਬਲੇ ਵੇ ਪਈ ਪਾਣੀ ਆਉਂਦਾ ਸੀ ਸਾਨੂੰ ਅਤੇ ਇੱਕ ਅੱਗੇ ਜਿਹੜਾ ਜਾਂਦਾ ਸੀ ਇਹ ਇਸ ਤਰ੍ਹਾਂ ਆਉਂਦਾ ਸੀ ਮੇਲਾ ਕਿਹੜਾ ਮਸ਼ਹੂਰ ਸੀ ਉਸ ਇਲਾਕੇ ਦਾ ਮੇਲਾ ਉੱਥੇ ਲੱਗਦਾ ਸੀ ਦਰਬਾਰ ਦੇ ਨਾਲ ਹੀ ਨਹਿਰ ਦੇ ਨਾਲ ਦਰਬਾਰ ਸੀ ਅੱਛਾ ਉੱਥੇ ਠੀਕ ਹੈ ਕੋਠੀ ਵੀ ਹੈ ਸੀ ਨਹਿਰ ਦੇ ਉੱਤੇ ਬਣੀ ਅੱਛਾ ਅਤੇ ਕੋਠੀ ਦੇ ਨਾਲ ਬਾਗ ਸੀ ਅਤੇ ਬਾਗ ਵਾਲੇ ਥਾਂ ਵੀ ਦਰ ਬਾਗ ਸੀ ਦਰਬਾਰ ਵਾਲੇ ਥਾਂ ਵੀ ਠੀਕ ਨਛਈਆਂ ਦਾ ਬਾਗ ਦਰਬਾਰ ਸੀ ਉਹ ਸਲਾਮ ਪੁੱਤਰ ਜੀ ਹਾਂਜੀ ਸਲਾਮ ਮੈਂ ਤੁਹਾਡੀ ਇੰਟਰਵਿਊ ਵੀਡੀਓ ਨੇ ਦੇਖੀ ਜਿਹੜੀ ਮਾਂਗੇ ਵਾਲੀ ਜਵਾਨ ਬੁਖਾਰੀ ਜਿਹੜੇ ਬਹੁਤ ਚੰਗੀ ਬਹੁਤ ਸੋਹਣੀ ਮੈਨੂੰ ਲੱਗੀ ਹੈ ਜੀ ਜਦੋਂ ਵਾਲੀ ਪਿੰਡ ਦੀ ਜਿਹੜੀ ਚੋਣਾਂ ਦੱਸਿਆ ਮੈਂ ਮੇਰਾ ਜ਼ਿਕਰ ਕੀਤਾ ਬਹਾਦਰ ਦਾ ਜ਼ਿਕਰ ਕੀਤਾ ਸਾਡੇ ਉਹ ਪਿੰਡ ਦੇ ਆਦੀ ਨੂੰ ਮਿਲ ਗਈ ਹਾਂ ਜਿਹੜੇ ਸਾਡੇ ਘਰ ਦੇ ਨਾਲ ਜਦੋਂ ਵਾਲੀ ਦੇ ਅਸੀਂ ਰਹਿਣ ਵਾਲੇ ਹਾਂ ਸਾਡੇ ਘਰ ਦੇ ਨਾਲ ਹੀ ਉਹਨਾਂ ਦਾ ਘਰ ਹੁੰਦਾ ਜੀ ਅੱਛਾ ਹੋ ਸਕੇ ਤੇ ਉਹਨਾਂ ਜਿਹੜੇ ਮਾਂਗੇ ਵਾਲੇ ਜਿੱਦਾਂ ਦੀ ਇੰਟਰਵਿਊ ਤੁਸੀਂ ਸਾਨੂੰ ਕਾਲੀ ਹੈ ਫਿਲਮ ਉਹਨਾਂ ਦੇ ਬਾਰੇ ਸਾਡੇ ਨਾਲ ਕੋਈ ਗੱਲਬਾਤ ਉਹਨਾਂ ਦੀ ਕਰਾ ਦਿਓ ਸਾਨੂੰ ਨੰਬਰ ਦੇ ਦਿਓ ਜਾਂ ਸਾਡਾ ਨੰਬਰ ਦੇ ਦਿਓ ਜਾਂ ਉਹਨਾਂ ਦਾ ਦੇ ਦਿਓ ਸਾਨੂੰ ਪਿੰਡ ਦੇ ਵਿੱਚ ਨਾਇਆ ਦਾ ਇੱਕ ਘਰ ਹੁੰਦਾ ਜੀ ਉਹਨਾਂ ਨੇ ਖਰਾਬ ਲਾਇਆ ਹੁੰਦਾ ਜੀ ਅੱਛਾ ਬਸ ਠੀਕ ਹੈ ਹੁੰਦਾ ਜੀ ਚੱਕੇ ਦੇ ਲਾਗੇ ਹੀ ਉਹਨਾਂ ਦਾ ਘਰ ਉਹਨਾਂ ਵਿੱਚੋਂ ਜੇ ਕੋਈ ਜਿੰਨੇ ਹੋ ਉਹਨਾਂ ਦਾ ਵੀ ਨਾਮ ਇੰਟਰਵਿਊ ਦੱਸੋ ਤੇ ਸਾਡੀ ਗਲੀ
ਦੱਖਣ ਵਾਲੇ ਪਾਸੇ ਹੁੰਦੀ ਸੀ ਜੀ, ਬਾਹਰ ਵਾਲੇ ਪਾਸੇ ਉਹ ਗਲੀ ਦੇ ਵਿੱਚ ਪੰਜ ਸੱਤ ਘਰ ਜੱਟਾਂ ਦਾ ਘਰ ਸੀ ਤੇ ਨਾਈਆਂ ਦੇ ਘਰ ਲੱਗੇ ਛੋਟੀ ਜਿਹੀ ਇੱਕ ਗਲੀ ਜਾਂਦੀ ਉਹਦੇ ਵੀ ਪੰਜ ਛੇ ਘਰ ਜੱਟਾਂ ਦੇ ਸੀ ਜਿਹਨਾਂ ਦਾ ਮੈਨੂੰ ਨਾਂ ਦਾ ਪਤਾ ਤੇ ਪਿੰਡ ਦੇ ਮਾਗੇ ਵਾਲੇ ਪਾਸੇ ਇੱਕ ਖੂਹ ਹੁੰਦਾ ਸੀ ਤੇ ਖੂਹ ਦੇ ਲਾਗੇ ਹੀ ਉੱਥੇ ਗੁਰਦੁਆਰਾ ਹੁੰਦਾ ਹੋਣਾ ਮੈਂ ਗਿਆ ਤਾਂ ਨਹੀਂ ਪਰ ਮੈਨੂੰ ਪਤਾ ਵੀ ਉੱਧਰ ਹੀ ਗੁਰਦੁਆਰਾ ਨਹੀਂ ਗੁਰ ਮਾਗੇ ਦੀ ਸਾਈਡ ਵੀ ਇੱਕ ਸੱਪੜ ਹੁੰਦਾ ਸੀ ਸਾਡੇ ਪਿੰਡ ਜਲੋ ਵਾਲੀ ਦੇ ਲਹਿੰਦੇ ਪਾਸੇ ਬੜਾ ਵੱਡਾ ਸੱਪੜ ਸੀ ਦਰਬਾਰ ਵੀ ਠੀਕ ਹੈ ਅੱਛਾ ਦਰਬਾਰ ਠੀਕ ਹੈ ਹੁਣ ਗੁੰਮਟ ਬਣਿਆ ਠੀਕ ਹੈ ਅਤੇ ਬਹਾਦਰ ਸਿੰਘ ਦਾ ਵੀ ਘਰ ਹੈ ਜਿਹੜਾ ਸੀ ਉਹ ਵੀ ਠੀਕ ਹੈ ਅੱਛਾ ਜਿਹੜੀ ਉਹਨੇ ਗੱਲ ਦੱਸੀ ਹੈ ਭਾਈ ਲਹਿੰਦੇ ਪਾਸੇ ਦੱਖਣ ਪਾਸੇ ਖੂਹ ਹੁੰਦਾ ਸੀ ਅੱਛਾ ਉਹ ਤੁਸੀਂ ਵੇਖਿਆ ਨਹੀਂ ਖੂਹ ਵੀ ਹੁੰਦਾ ਸੀ ਪਿੱਪਲ ਵੀ ਹੁੰਦਾ ਸੀ ਛੱਪੜ ਵੀ ਹੁੰਦਾ ਸੀ ਅੱਛਾ ਅੱਛਾ ਅਬਦਰਮਾਨ ਕਿੱਥੇ ਕੀ ਕਰਨਾ ਨਹੀਂ ਅੱਗੇ ਨਾਲ ਗੱਲ ਦੱਸੋ ਨਾ ਪਹਿਲੇ ਹੈ ਅਗਲੀ ਗੱਲ ਦੱਸੋ ਦੱਸਣਾ ਮੈਂ ਉਹ ਜਿੱਥੋਂ ਮਿਲਕੇ ਜੱਟ ਵੀ ਹੁੰਦਾ ਸੀ ਅੱਛਾ ਅੱਛਾ ਮਿਲਕੇ ਜੱਟ ਜਿਹੜਾ ਹੈ ਨਾ ਉਹ ਸਾਡੇ ਆਇਆ ਉਹ ਗਿਆ ਹੈ ਅਤੇ ਖਰਾਸ ਵੀ ਠੀਕ ਹੈ ਜਿੱਥੇ ਉਹਨੇ ਦੱਸਿਆ ਠੀਕ ਹੈ ਅੱਛਾ ਔਰ ਓਏ ਇਹ ਕੀ ਕਰਨਾ ਪਾਣੀ ਨਹੀਂ ਨਹੀਂ ਪਾਣੀ ਅਸੀਂ ਪੀ ਕੇ ਆਏ ਹਾਂ ਬਾਬੇ ਚਿਰਾਗ ਨੂੰ ਅਸੀਂ ਮਿਲ ਕੇ ਆਏ ਹਾਂ ਅਤੇ ਉਹਨਾਂ ਨੇ ਕਿਹਾ ਕਿ ਭਾਈ ਉਹ ਤੁਹਾਡੇ ਵੱਲੋਂ ਦੱਸਿਆ ਉਹ ਬਜ਼ੁਰਗ ਹੈਨ ਜਿਹੜੀ ਕੋਈ ਤੁਹਾਨੂੰ ਕੋਈ ਗੱਲਬਾਤ ਦੱਸ ਸਕਣ ਇਸ ਵੇਲੇ ਪਿੰਡ ਜੱਲੋਵਾਲੀ 'ਚ ਅਤੇ ਤੁਸੀਂ ਬਸ ਸਾਨੂੰ ਗੱਲਾਂ ਦੱਸੋ ਗੱਲਾਂ ਗੱਲਾਂ ਬੜੀਆਂ ਅਨਮੋਲ ਨੇ ਆ ਜਿਹੜਾ ਕਿਸੇ ਨੂੰ ਨਹੀਂ ਪਤਾ ਹਾਂ ਮੇਰੀ ਅਰਥੇ ਵੇ ਮੇਰੇ ਤੋਂ ਵੱਡੇ ਮੇਰੇ ਚਾਰ ਭਰਾ ਸਭ ਤੋਂ ਪਹਿਲੇ ਆਪਣਾ ਨਾਂ ਦੱਸੋ ਹਰਸ਼ੀਦ ਮੇਰਾ ਨਾਂ ਹੈ ਵਾਲਾ ਸਾਹਿਬ ਦਾ ਨਾਂ ਹਰੀ ਬਖਸ਼ੇ ਅਸੀਂ ਮਾਜਰਾਂ ਅਤੇ ਬਾਬਾ ਨੱਥੋ ਦੀ ਗੱਲ ਸੁਣਾ ਉਹਨੂੰ ਅਤੇ ਬਜ਼ੁੱਲਾ ਦੀ ਮਮਦੀਨ ਦੀ ਇੰਦਾਰ ਦੀ ਅੱਛਾ ਸਮਝ ਆਈਏ ਅਤੇ ਤਾਇਆ ਕਰੀਮ ਹੁੰਦਾ ਸੀ ਤਰਖਾਣ ਅੱਛਾ ਉਹਦੇ ਪੁੱਤਰ ਦੋ ਨੇ ਅਤੇ ਬੜੇ ਵੱਡੇ ਲਾਟ ਲੈਣ ਨੇ ਇਸ ਵੇਲੇ ਠੀਕ ਹੈ ਹੈ ਠੀਕ ਹੈ ਅਤੇ ਮਿਲਕੀ ਜੱਟ ਜਿਹੜਾ ਸੀ ਉਹ ਸਾਡੇ ਆਇਆ ਗਿਆ ਅਤੇ ਸਣ ਆਪਣਾ ਝੂਰ ਅੱਛਾ ਉਹ ਵੀ ਸਾਡੇ ਆਇਆ ਗਿਆ ਮਹਿੰਗਾ ਘੁਮਿਆਰ ਅੱਛਾ ਉਹ ਸਾਡੇ ਆਇਆ ਗਿਆ ਹੈ ਠੀਕ ਹੈ ਦੇਨਦਾਰ ਜਿਹੜੇ ਸੀ ਉਹ ਵੀ ਵਿੱਚੋਂ ਸਾਡੇ ਆਇਆ ਗਏ ਨੇ ਅੱਛਾ 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 ਨਹੀਂ ਆਪਣਾ ਜੱਲੋਵਾਲੀ ਪਿੰਡ ਜੱਦੀ ਉਂਝ ਨਹੀਂ ਹਾਂ ਮੈਂ ਤੇਰੇ ਨਾਲ ਥੋੜ੍ਹੀ ਜਿਹੀ ਗੱਲ ਕਰ ਰਿਹਾ ਹਾਂ ਪਿੱਛੋਂ ਕਿੱਥੋਂ ਕਿੱਥੋਂ ਉੱਠ ਕੇ ਆਏ ਤੁਸੀਂ ਉਹ ਰਾਤ ਗੱਲ ਸੁਣਾ ਅੱਛਾ ਜੇ ਦਾਦੇ ਦਾ ਪਿੰਡ ਇਹ ਵੇ ਅੱਛਾ ਅਤੇ ਛੋਟੇ ਮੁੰਡੇ ਸਨ ਚਾਰ ਭਰਾ ਮੇਰੇ ਦਾਦੇ ਅੱਛਾ ਸੁਣੀ ਜੀ ਮੇਰੀ ਗੱਲ ਅਸੀਂ ਜ਼ਿਲ੍ਹੇ ਅੰਮ੍ਰਿਤਸਰ 'ਚ ਗਏ ਸਾਂ ਸਾਡੇ ਵਾਲਦ ਦੀ ਵੀ ਪੈਦਾਇਸ਼ ਉੱਧਰ ਦੀ ਹੈ ਅਸੀਂ ਛੇ ਭੈਣ ਭਰਾ ਸਾਡੀ ਪੈਦਾਇਸ਼ ਉੱਧਰ ਦੀ ਹੈ ਅੱਛਾ ਅਤੇ ਰਿਸ਼ਤੇਦਾਰੀ ਇੱਧਰ ਵੀ ਆ ਸੀ ਇੱਥੇ ਅਸੀਂ ਚੇਤਰ 'ਚ ਵਿਆਹ ਕੇ ਭਰਾ ਨੂੰ ਖੜਿਆ ਅਤੇ ਆਪਣਾ ਸਾਉਣ ਅਤੇ ਭਾਦਰੋਂ ਚੁੱਜੜ ਕੇ ਆ ਗਏ ਸੰਤਾਲੀ ਵੇਲੇ ਸੰਤਾਲੀ ਦੇ ਵਿੱਚ ਅੱਛਾ ਉੱਧਰ ਦੀ ਮੈਨੂੰ ਹੋਸ਼ ਮੈਂ 12 ਸਾਲ ਦਾ ਸਾਂ ਜਦੋਂ ਉਹ ਅੰਮ੍ਰਿਤਸਰ ਤੋਂ ਉੱਠ ਗਿਆ ਆ ਜਦੋਂ ਅੰਮ੍ਰਿਤਸਰੋਂ ਉੱਠ ਗਿਆ ਕਿਹੜਾ ਸੀ ਪਿਛਲਾ ਪਿੰਡ ਆਪਣਾ ਬੱਗੇ ਛੀਨੇ ਵਾਹ ਜੀ ਵਾਹ ਜੀ ਵਾਹ ਠੀਕ ਠੀਕ ਬੱਗਾ ਛੀਨਾ ਪਿੰਡ ਸੀ ਆਪਣਾ ਇਹਦੇ ਨਾਲ ਲੱਗਦੇ ਪਿੰਡ ਉੱਥੇ ਬੱਗੇ ਛੀਨੇ ਪਿੰਡ ਸਨ ਮੈਂ ਛੋਟਾ ਸਾ ਅੱਛਾ ਅੱਛਾ ਉਹ ਮਸ਼ਹੂਰ ਨੇ ਪਿੱਟੇ ਵੱਡ ਨੰਗਾਲੀਏ ਇਹ ਜਿਹੜੇ ਦੋ ਪਿੰਡ ਸਨ ਨਾ ਛੀਨੇ ਅਤੇ ਬੱਗੇ ਛੀਨੇ ਵੀ ਤਰੇ ਹਨ ਅਤੇ ਬੱਗੇ ਵੀ ਤਰੇ ਸਨ ਅੱਛਾ ਅਤੇ ਇਹ ਨਾਰੋਵਾਲੋਂ ਜਿਹੜੀ ਸੜਕ ਜਾਂਦੀ ਹੈ ਨਾ ਟੋਡਿਓਂ ਅੱਛਾ ਤਲਵੰਡੀ ਪਿੰਡ ਰਾਂਝੇ ਸਿੱਧੀ ਅੰਮ੍ਰਿਤਸਰ 'ਤੇ ਜਾਂਦੀ ਬਿਲਕੁਲ ਸਹੀ ਠੀਕ ਹੈ
समझ आई है, इतनी मैनू पता है। ठीक है, जेड़े शहर कित कोई विह शादी होनी बगे छीने के जेडे लोग सड़े तो बजुर्ग जी अमृतसर शहर जाते सन सौदा सौदा लैन नहीं एक राजसा ही पिंड छोटे छोटा जहा शहर कस्बा ही जिस तरह कभी चविंडा हों अच्छा इस तरह का शहर से अच्छा तो असी कुछ दो मील हटवें सा पक्की सड़क तो जी ये सड़क जा रही है जी मैं थानू दसिया ठीक है जी है तहसील कसूर के बुवे को जाती है ढोडे मैं पता लग गया मैं हाँ जी सिद्धावर चार तलवंडी भिंडर चढ़ती है चढ़ती है फिर सिद्धावर अगू पारले पास बदोमली भी जाती है बदोमली सीधे अंबरसर जाती है एक ग्रहण नाई से अच्छा उधरों मैया लिया हों हों जमाने तो रात रहा रात त्रिजी घर आंदा ठीक अच्छा अच्छा जो तुम तो दसिया कि 12 साल उम्र से थोड़ी जो तुम अपना पिंड बग्गा छीना तो छड़िया उस वेले की कहानी सुनाओ की कुछ होया क्योंकि जानी माली नुकसान तो होया ही होया जानी नुकसान भी होया है नहीं मैं झूठ नहीं मारना माली भी गया सब कुछ गया हाँ जे सच्ची गल पुछना तो यह पार्टियां होंगे ने मेरा वड्डा भरा से ते और एक सिख नू गाला कड़िया ते वो दे नाल फिर खैब खै हो गई वो साढ़े मगर चढ़िया अच्छा असी उस वेले एक सन दीनदार सिखों दीनदार हो सन अच्छा वो एक बंदा जेड़ा सी उहदा नाम सी छारो अच्छा वो सरदार सी उन्हां अपने दीनदारां दा ओदी बलारी दे विच 70 जागां होणा उस वेले उहदे घर ओहदियां वो भी आ गए सन अच्छा वो फिर असी जिहड़े आना कैंप विचों निखर के एक मेरा वालद एक मेरी भरजाई उस कैंप विच लंघ गए अच्छा असी जिहड़े सन 6 जी ते कोई 35 जी असी पिंड आ गए अच्छा पिंडों आण के ते फिर जिहड़े छीने ने उत्थे गए हां साढ़े को मान की गल मैनू ये नहीं पता मान से जा 20 किलो से जा 25 किलो चीनी से अच्छा तो कोई मानक चौल कोई 10-20 किलो चौल सन अच्छा वो पाए सन अच्छा तो असी उस पिंड गए असा जाना से बड़िया लेंगे अच्छा चढ़ते अच्छा डरते जे घड़ी दरते तुर गए तो उत्थे असी रात रहे तो मेरा एक भाई से बड़ा भाईदार घोड़ी बड़े तो छोटा उत्थे गया उन्हें आख्या वह कुड़ी जना आया से ते लभदा इत सानू गाला कढ़दा ते तू नस जा असी जे घड़ी नस गए वह नस गया उत्थे अगलिया ने ना छीनिया ने गल आखी भाई जेडे लाम के बंदे आए ने ना इन्हों कढ़ दे साडे भी बंदे उत्थे है सर इमानदारी की गल कर रहा मैं उन्होंने को उन्होंने आन के कोठे से ऐलान किया उन्होंने नाम संधु साई एक कट्टे सन ये साडे नाल डेरिया के उन्होंने डेरे लगते सन आपस जिस मिसाल असी चारा गिलों के झांगरिया के बंद उन्हें आके ऐलान किया खबरदार जो कोई इन्होंने बंदे साडे फिर 12 बजे ना एक जीप आई तो 5-4 दो गड्डिया आई तो 5-7 साडे फौजी आए वो फिर सारे पिंड नूं कढ़ के सानूं कैंप च लै गए अच्छा कैंप च लै गए ने जिहड़ी मेरी भरजाई सी ना उन्हें सारा समान कैंप च खड़िया सी एक उहदी साली दे पुत्तर सन अमृतसर दे वह भी कैंप च आए सन उन्हें समान रख्या सी उन्होंने पुछया कि रोए लाए फिर आख लगे कोई चीज वो जड़ी चीनी सी चौल भी सन असी अफसर पसीना निकल आए उन्हें चौल तो चीनी उन्हें नहीं सन दी उन्हें आख्या कोई नहीं आ गया साढ़े को
ਮੰਦਰ ਸੱਲਾ ਕੋਈ ਚੀਜ਼ ਨਹੀਂ ਰਹੀ। ਗੱਲ ਕੱਪੜੇ ਸਨ ਜਾਂ ਜਾਣਾ ਸਨ, ਉਸ ਤੋਂ ਇਲਾਵਾ ਜਿਹੜੇ ਉਹ ਮਿਲ ਕੇ ਉਹਨਾਂ ਨੇ ਆਖਿਆ ਭਾਈ ਕਿੰਨੇ ਜੀਓ, ਕੋਈ ਚੀਜ਼ ਜਾਣਗੇ ਸਾਡੇ ਕੋਲ ਕੋਈ ਚੀਜ਼। ਕੈਂਪ ਕਿੱਥੇ ਲੱਗਾ ਸੀ ਤੁਹਾਡਾ? 12 ਪੱਥਰ ਸੀ ਅੰਬਰਸਰ ਦਾ, 12 ਪੱਥਰ ਉੱਥੇ ਕੈਂਪ ਲੱਗਾ ਸੀ ਜੀ। ਠੀਕ, ਉੱਥੋਂ ਜੇ ਕੜੀ ਉਹਨਾਂ ਫਿਰ ਸਾਨੂੰ ਰਾਤ ਨੂੰ ਰੋਟੀ ਦਿੱਤੀ। ਅੱਛਾ, ਫਿਰ ਸਵੇਰੇ ਦਿੱਤੀ, ਫਿਰ ਅਗਲੀ ਰਾਤ ਨੂੰ ਦਿੱਤੀ, ਅਗਲੀ ਸਵੇਰੇ ਫਿਰ ਉਹਨਾਂ ਦਿੱਤੀ, ਅਤੇ ਫਿਰ ਸਾਡੀ ਵਾਰੀ ਆ ਗਈ। ਉਹਨਾਂ ਨੂੰ ਗਾਂਹ ਟੋਲੋ, ਅਸੀਂ ਵਾਹਗਾ ਬਾਰਡਰ। ਠੀਕ ਹੈ, ਰੋਟੀ ਦੇਣ ਵਾਲੇ ਕੌਣ ਸਨ? ਉਹ ਸਾਡੇ ਰਿਸ਼ਤੇਦਾਰ ਸਨ, ਮੇਰੀ ਤਾਇਆ ਸੀ ਸਾਡਾ। ਅੱਛਾ, ਮੇਰੇ ਵਾਲਦਾ ਫੁੱਫੀ ਦਾ ਪੁੱਤਰ ਸੀ। ਠੀਕ ਹੈ, ਅਤੇ ਉਹਦੇ ਵੱਲ ਮੇਰਾ ਭਰਾ ਵਿਆਹਿਆ ਸੀ। ਸਹੀ ਹੈ, ਉਹਨਾਂ ਇੱਕ ਸਾਨੂੰ ਦੇਜ ਕਰ ਦਿੱਤਾ। ਇੱਕ ਤਾਂ ਇਹੀ ਗੱਲ, ਸਾਡੇ ਨਾਲ ਇੱਕ ਜੀਬ ਸੀ। ਅੱਛਾ, ਜਿੰਨਾ ਜਥਾ ਸੀ ਨਾ ਸਾਡਾ, ਉਹਦੇ ਪਿੱਛੇ ਫਿਰਦਾ ਸੀ। ਉਹ ਫਿਰ ਜਦੋਂ ਵੱਢ ਵਾਹਗਾ ਵੱਢ ਟਪਾ ਤੀ, ਫਿਰ ਅਸੀਂ ਅਗਲੇ ਪਾਸੇ ਹੋ ਗਏ। ਫਿਰ ਉੱਥੇ ਸਾਨੂੰ ਰਾਤ ਨੂੰ ਕਹਿੰਦੇ ਰੋਟੀ ਛੁੱਟੀ ਦਿੱਤੀ। ਅਤੇ ਬਾਬਾ ਜੀ ਆਪਣੇ ਜੀ ਪੂਰੇ ਸਨ? ਕੋਈ ਅੱਛਾ ਬਿਲਕੁਲ ਠੀਕ ਹੈ, ਮੈਂ ਚੋਰ ਨਹੀਂ ਮਾਰਨਾ। ਸੋ ਜੀ ਸੁਣਿਆ ਸੀ ਸਾਡੇ ਉੱਥੇ ਨੁਕਸਾਨ ਹੋਏ ਨੇ। ਅੱਛਾ, ਇੱਕ ਬੱਚੀ ਸੀ ਅਤੇ ਉਹ ਉਹਨਾਂ ਨੇ ਨਾ ਚਾਲ ਲਈ ਚੋਰਿਆਂ ਨੇ, ਤਾਂ ਉਹਨੇ ਛਾਲ ਮਾਰ ਦਿੱਤੀ, ਖੁਦਕਸ਼ੀ ਕਰ ਗਈ। ਉਸ ਤੋਂ ਇਲਾਵਾ ਇੱਕ ਭੰਗਾਰ ਸੀ ਮੁੰਡਾ, ਉਹਨੂੰ ਮਾਰਿਆ। ਅੱਛਾ ਠੀਕ, ਅਤੇ ਫਿਰ ਅਸੀਂ ਉੱਥੇ ਲਾਹੌਰ ਖੱਜਲ ਖੁੱਜਲ ਹੁੰਦੇ ਰਹੇ। ਫਿਰ ਅਸੀਂ ਅੱਛਾ ਅੱਗੇ ਤੁਰ ਕੇ ਚਾਰ ਜੀ, ਉਸ ਤੋਂ ਇਲਾਵਾ ਫਿਰ ਅਸੀਂ ਇੱਧਰ ਨੂੰ ਆ ਗਏ, ਪਿੰਡ ਜੱਲੋਵਾਲੀ ਆ ਗਏ। ਜੱਲੋਵਾਲੀ ਆ ਗਏ, ਉੱਚੇ ਪਹਾੜ ਮੇਰੇ ਨਾਨਕੇ ਸਨ। ਅੱਛਾ ਅੱਛਾ, ਆਪਣਾ ਪਸਰੂਰ ਕੋਲ ਜੀ? ਉੱਚਾ ਪਹਾੜ ਸਰੂਰ ਅੱਗੇ ਵੇ ਖਾਜੀ, ਅਤੇ ਉੱਚਾ ਪਹਾੜ ਹਾਂਜੀ ਹਾਂਜੀ ਛੋਟੇ ਦੇ ਕੋਲ। ਠੀਕ ਹੈ, ਉੱਥੇ ਆ ਗਏ। ਉੱਥੋਂ ਫਿਰ ਅਸੀਂ ਮੇਰਾ ਭਾਈ ਇੱਥੇ ਉਹਦੀ ਛਾਤੀ ਛੁੱਟਦਾ ਸੀ। ਅੱਛਾ, ਇੱਥੇ ਆ ਗਿਆ। ਫਿਰ ਇੱਥੇ ਜਿਹੜਾ ਆਦੀਆਂ ਵਾਲਾ ਘਰ ਆਉਂਦੇ ਨੇ ਨਾ, ਹਾਂ ਉੱਥੇ ਬੈਠੇ ਆ। ਅਤੇ ਜਿਹੜਾ ਸੀ ਆਪਣਾ ਹਰਨਾਮ ਸਿੰਘ ਦਾ ਅਤੇ ਬਹਾਦਰੀ ਦਾ, ਨਾਮੇ ਦਾ ਅਤੇ ਬਹਾਦਰ ਦਾ, ਉਹ ਘਰ ਤੁਹਾਨੂੰ ਮਿਲਿਆ ਇੱਥੇ? ਨਹੀਂ, ਹਾਂ ਆਦੀਆਂ ਦਾ ਘਰ ਉਹਨਾਂ ਨੂੰ ਆਖਿਓ, ਆਦੀਆਂ ਦਾ। ਹਾਂ, ਉਹ ਹੀ ਸਨ ਪਿੰਡ ਦੇ ਆਦੀ। ਹਾਂ, ਅਤੇ ਇਹ ਜਿਹੜੇ ਨੇ ਨਾ ਮਤਬਲੇ, ਇੱਕ ਬਹਾਦਰ ਸਿੰਘ ਕੇ ਮਸ਼ਹੂਰ ਸੀ, ਮਿਲਖੀ ਜਿਹੜਾ। ਅੱਛਾ, ਉਹ ਸਾਡੇ ਆਇਆ ਗਿਆ ਝਾਰੀ ਪੀਂਦਾ ਸੀ, ਇੱਕ ਉਹਦਾ ਪੁੱਤਰ ਸੀ। ਅੱਛਾ, ਉਹਦਾ ਨਾਂ ਦਾ ਨਹੀਂ ਮੈਨੂੰ ਪਤਾ। ਅੱਛਾ, ਅਤੇ ਮਹਿੰਗਾ ਘੁਮਿਆਰ ਵੇਖਿਆ, ਹੋਰ ਘੁਮਿਆਰ ਵੇਖਿਆ ਨੇ। ਅੱਛਾ, ਮਤਲਬ ਇਹ ਲੋਕ ਤੁਹਾਡੇ ਇੱਥੇ ਆਇਆ ਗਏ ਨੇ ਉੱਧਰ? ਆਹ, ਵਿੱਚੋਂ ਆਇਆ ਗਏ ਨੇ। ਠੀਕ, ਤੁਹਾਨੂੰ ਦੱਸਣਾ ਕਿ ਝੂਰ ਅਤੇ ਕੁਝ ਮਹਿੰਗ ਸ਼ਹਿੰਗ ਸਨ। ਅੱਛਾ, ਅਤੇ ਘੁਮਿਆਰ ਇਹ ਸਾਡੇ ਆਇਆ ਗਏ। ਠੀਕ, ਤੁਸੀਂ ਮਿਲਖੀ ਦਾ ਜ਼ਿਕਰ ਕੀਤਾ, ਨੰਬਰਦਾਰ ਕਿਹੜਾ ਸੀ ਭਰਾ ਪਿੰਡ ਦਾ? ਇਹ ਹੁਣ ਮੈਨੂੰ ਨਹੀਂ ਪਤਾ, ਇਹ ਨਹੀਂ ਪਤਾ। ਮੈਂ ਮਿਲਖੀ ਬੰਦਾ ਵਧੀਆ ਸੀ ਇੱਥੋਂ ਦੇ, ਜਿਹੜੇ ਜੱਦੀ ਲੋਕ ਸਨ ਕੀ ਗੱਲਾਂ ਕਰਦੇ ਸਨ, ਕਿਵੇਂ ਦਾ ਆਪਸ ਰਹਿਣ ਸਹਿਣ ਸੀ? ਉਹਦਾ ਤਾਂ ਬੜਾ ਚੰਗਾ ਰਹਿਣ, ਬੜਾ ਚੰਗਾ ਬੰਦਾ ਸੀ, ਚੌਰੀ ਆਦਮੀ, ਉਹਨੂੰ ਚੌਰੀ ਚੌਰੀ ਆਉਂਦੇ ਆ। ਅੱਛਾ ਠੀਕ ਹੈ, ਅਤੇ ਝਾਰੀ ਚੂਰੀ ਪੀਂਦਾ? ਹਾਂ, ਝਾਰੀ ਪੀਂਦਾ ਸੀ, ਮਹਿੰਗਾ ਘੁਮਿਆਰ, ਜਿਹੜੇ ਘੁਮਿਆਰ ਸਨ ਉਹਨਾਂ ਦਾ ਚੌਰੀ ਸੀ। ਠੀਕ ਠੀਕ ਹੋ ਠੀਕ ਹੋ। ਅਤੇ ਜਿਹੜਾ ਬਾਬਾ ਜੀ ਤੁਹਾਨੂੰ ਘਰ ਮਿਲਿਆ, ਉਹ ਘਰ ਕੋਈ ਪੁਰਾਣੀ ਨਿਸ਼ਾਨੀ ਉਹਦੀ ਹੈ ਵੇ? ਕੋਈ ਪੁਰਾਣਾ, ਕੋਈ ਜਿੱਦਾਂ ਪੁਰਾਣੇ ਮਕਾਨ ਬਣੇ ਆ ਕਿ ਘਰ ਨਵੇਂ ਸਿਰੇ ਤੋਂ ਬਣ ਗਏ? ਹੁਣ ਨਵੇਂ ਸਿਰੇ ਬਣੇ, ਯਾਨੀ ਪੁਰਾਣੀ ਨਿਸ਼ਾਨੀਆਂ 'ਚ ਕੋਈ ਕੋਈ ਨਹੀਂ। ਅਗਲੇ ਦਿਨ ਮੈਂ ਝੋਲੇ ਮਾਰਦਾ, ਮੈਂ ਮਕਾਨ ਬਣਾਏ, ਮਾੜਾ ਗਰੀਬ ਸਾਂ, ਮੈਂ ਗੱਲ ਸੱਚੀ ਕਰਨਾ। ਅੱਛਾ, ਚਲੋ ਮੈਂ ਬੂਹੇ ਲਗਾ ਲਵਾਂ, ਲੈਂਟਰ ਪਾਇਆ, ਜਿਵੇਂ ਪੰਪ ਦੇ ਦੋ ਕਮਰੇ ਬਣਾ ਲਏ। ਠੀਕ ਹੈ, ਅਤੇ 13 ਫੁੱਟ ਦੇ ਚੜਾਈ ਰੱਖ ਲਈ। ਅੱਛਾ, 13-14 ਫੁੱਟ, ਅਤੇ ਉਹ ਬੂਹੇ ਬਣਵਾਏ ਮੈਂ ਸੀ, ਇੱਕ ਤਰਖਾਣ ਬਿਆਨ ਦਾ। ਅੱਛਾ, ਅਤੇ ਉਹ ਆਪਸੇ ਰੂਹ ਰੋਸ਼ਨ ਦਾ ਉਹਨਾਂ ਦੇ ਥੁੜ ਗਏ, ਅਤੇ ਮੈਂ ਉਹਨਾਂ ਨੂੰ ਬੜੀਆਂ ਛਤੀਰੀਆਂ ਛਤੂਰੀਆਂ ਲਿਆ ਕੇ ਦਿੱਤੀਆਂ, ਉਹ ਬਣਾ ਲਿਆ, ਆਖਣ ਲੱਗਾ ਰੋਸ਼ਨ ਦਾਨ ਸੁਣ ਗਏ ਨੇ। ਅੱਛਾ, ਛੇ ਰੋ। ਅੱਛਾ, ਮੈਂ ਆਖਿਆ ਮੇਰੀਆਂ ਲੱਤਾਂ ਚੀਰ ਲੈ,
ਮੇਰੇ ਕੋਲ ਹਨ। ਅੱਛਾ। ਮੈਂ ਦੋ ਬਾਲੇ ਪਏ ਨੇ। ਅੱਛਾ। ਆਖਣ ਲੱਗਾ ਲਿਆ। ਅੱਛਾ। ਮੈਂ ਸਿੱਖਾਂ ਦੇ ਬਾਰੇ ਦੇ ਨੇ। ਅੱਛਾ। ਉਹ ਹਿੰਦੂ ਆਏ ਸਨ ਅਤੇ ਸਾੜ ਗਏ ਸਨ। ਪੰਜੀ ਮਾਣੀਆਂ ਕਣਕ ਸੀ ਪੈਂਹਠ ਸੀ। ਅੱਛਾ। ਚਲ ਦਾਣਾ ਪ ਸੋਲ੍ਹਾਂ ਛੱਤੀਰਾਂ ਥੱਲੇ ਤੂੜੀ ਸੀ। ਇਮਾਨਦਾਰੀ ਦੀ ਗੱਲ ਕਰਨਾ, ਝੂਠ ਨਹੀਂ ਮਾਰਦਾ। ਜੀ 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 ਜੀ। ਅਤੇ ਉਹ ਇਹ ਹੋਇਆ, ਕੁਝ ਮਾਲ ਬੱਕਰੀਆਂ ਵੇਚੀਆਂ ਅਤੇ ਤੂੜੀ ਵੀ ਅਤੇ ਦਾਣੇ ਖਰੀਦ ਕੇ ਪਾਏ ਵੀ ਅੱਗੋਂ ਕੱਤੇ ਨੂੰ ਕੁਝ ਕਰਾਂਗੇ। ਸਮਝ ਆਈ ਆ। ਜੇ ਕੜੀ ਉਹ ਗੱਲ ਹੋਈ ਪਈ, ਜੰਗ ਲੈ ਗਏ, ਤੁਰ ਗਏ, ਚਾਰ ਟੱਗੇ ਲੈ ਗਏ ਅਤੇ ਮਹੀਆਂ ਲੈ ਗਏ, ਡੰਗਰ ਲੈ ਗਏ, ਉਹ ਤੁਰ ਗਏ। ਅੱਛਾ। ਅਤੇ ਅੱਛਾ ਉਹ ਫਿਰ ਅਸੀਂ ਸਭ ਕੁਝ ਸਾਡਾ ਇੱਥੇ ਸੜ ਗਿਆ। ਤੈਨੂੰ ਗੱਲ ਮਤਲਬ ਇੱਕ ਸੱਟ 47 ਵੇਲੇ ਪਈ। ਹਾਂਜੀ। ਅਤੇ ਇੱਕ ਸੱਟ 65 ਵੇਲੇ ਪੈ ਗਈ। 65 70 ਜਿਹੜੇ 65 ਵਾਲੀ, ਉਹਦੇ ਦੀ ਗੱਲ ਕਰ ਰਿਹਾ ਮੈਨੂੰ ਪਤਾ। ਹਾਂ, 65 ਦੀ ਗੱਲ ਕਰ। ਉਹ ਜਿਹੜੀ ਕਣਕ ਸੁਣਕ ਸੀ ਇੱਥੋਂ ਬਾੜਿਆਂ ਤੋਂ ਨੋਲੇ ਵੱਲੋਂ ਪਏ ਸਨ ਤੋ ਫਿਰ ਸਿੱਧੇ ਇੱਥੇ ਆਏ ਸਨ ਅਤੇ ਇੱਥੋਂ ਫਿਰ ਅਸੀਂ ਨੱਸ ਗਏ। ਉਹ ਥਾਂ ਉਹ ਦੋਕ ਨਾਲੀ ਹੈ ਸੀ ਦੇ ਵਿੱਚ ਅਸੀਂ ਸਾਂ। ਠੀਕ ਹੈ। ਠੀਕ। ਹਾਂ, ਉਹ ਜਿਹੜਾ ਨਾ ਸਰਦਾਰ, ਉਹਦੇ ਢੰਗੇ ਸਾਨੂੰ ਮਿਲੇ ਹਨ। ਕੋਈ ਇੱਕ ਤਾਂ ਉਹ ਜੋ ਉਹਦਾ ਚੜ੍ਹਦੇ ਪਾਸੇ ਘਰ ਸੀ। ਅੱਛਾ। ਉਹ ਬਹਾਦਰ ਦਾ ਨਾਮੇ ਦਾ ਨਹੀਂ, ਬਹਾਦਰ ਜਿਹੜਾ ਸੀ। ਬਹਾਦਰ ਸੀ। ਅੱਛਾ ਅੱਛਾ। ਅਤੇ ਜਿਹੜਾ ਮਿਲਕੀ ਉਹਦਾ ਦੱਖਣ ਪਾਸੇ ਵੇ ਅਤੇ ਚੜ੍ਹਦੇ ਗੁੱਟ 'ਤੇ। ਠੀਕ ਹੈ। ਟਾਹਲੀਆਂ ਵਾਲੇ ਖੂਹ ਵੱਲ। ਅੱਛਾ। ਅਤੇ ਉਹ ਪਈ। ਅੱਛਾ। ਚੰਗਾ ਸੀ ਉਹ, ਅਤੇ ਅਸੀਂ ਵੀ। ਅੱਛਾ। ਅਸੀਂ ਵੀ ਇਹ ਗੱਲ ਆਉਂਦੇ ਸਾਂ ਪਈ, ਸਾਡਾ ਕੋਈ ਬੰਦਾ ਸੀ ਅਤੇ ਉਹਦੇ ਪੁੱਤਰ ਨੂੰ ਨਾਮਾ ਹੀ ਕਰੇ ਉਹਦਾ ਪੁੱਤਰ, ਉਹਨੂੰ ਰਿਸ਼ਤਾ ਵੀ ਦੇਣਾ ਆਖਿਆ, ਤੇਰਾ ਪੁੱਤਰ ਉਹ ਨਾ ਆਖਿਆ ਹੀ ਵਿਆਹ ਦਿੰਦੇ ਆ। ਉਹ ਮਿਲਕੀ ਤੁਰ ਗਿਆ। ਤੁਰ ਗਿਆ ਸੀ, ਨਹੀਂ ਸੀ ਰਿਹਾ ਸੀ। ਹੈਂ। ਠੀਕ। ਬਾਕੀ ਆ ਜਿਹੜੀ ਤੁਸੀਂ ਬਾਬੇ ਦੀ ਗੱਲ ਸੁਣੀ ਆ, ਬਾਬਾ ਬਲਕਾਰ ਰਾਮ ਕਹਿੰਦਾ ਇੱਕ ਨਾਈਆਂ ਦਾ ਵੀ ਘਰ ਹੈ ਸੀ, ਬਰੀਕ ਜੀ ਗਲੀ ਜਾਂਦੀ ਸੀ ਦੱਖਣ ਪਾਸੇ ਦੀ, ਉਹ ਨਾਈ ਤੁਸੀਂ ਵੇਖੇ? ਨਾਈ ਵੇਖੇ ਮਮਸਨ ਅਤੇ ਖੁਸ਼ੀ ਸਨ। ਅੱਛਾ। ਇਹ ਨਾ ਸਨ, ਉਹ ਉੱਧਰ ਹੀ ਸਨ ਦੱਖਣ ਪਾਸੇ। ਹਾਂ। ਖੂਹ ਦੇ ਉੱਤੇ। ਠੀਕ ਹੈ। ਅਤੇ ਬਾਬਾ ਵੀ ਮੈਂ ਵੇਖਿਆ ਸੀ, ਉਹ ਮਰ ਗਿਆ ਸੀ, ਮੈਨੂੰ ਉਹਦਾ ਨਾਂ ਭੁੱਲ ਗਿਆ ਖਰੇ, ਕੀ ਸੀ ਉਹਦਾ ਨਾਂ। ਅੱਛਾ। ਅਤੇ ਖੁਸ਼ੀ ਦੀ ਰਾਤ ਹੈ। ਅੱਛਾ। ਉਹ ਸਿਆਲਕੋਟ ਤੁਰ ਗਏ ਨੇ, ਖੁਸ਼ੀ ਹਰੀ ਤੇ ਮਰ ਗਏ ਨੇ। ਮਤਲਬ ਕਹਿ ਲਓ ਕਿ ਨਾਈ ਛੇਤੀ ਛੱਡ ਗਏ ਪਿੰਡ। ਛੇਤੀ ਛੱਡ ਗਏ। ਠੀਕ ਠੀਕ। ਉਹ ਫਿਰ ਉਹ ਨਾ ਦੱਸਿਆ ਕਿਹੜਾ ਖੂਹ, ਮੰਗ ਵਾਲੀ ਸਾਈਡ ਤੇ ਖੂਹ ਹੀ। ਆਹੋ। ਉਹ ਖੂਹ ਦੇ ਉੱਤੇ ਨਾਲ ਉਹਨਾਂ ਦਾ ਘਰ ਸੀ ਤੇ ਉਹ ਹੁਣ ਤੱਕ ਅਸੀਂ ਮੰਨਦੇ ਰਹੇ, ਪਿੱਪਲ ਬੜਾ ਵੱਡਾ ਸੀ। ਅੱਛਾ। ਹਾਂ। ਠੀਕ ਠੀਕ। ਅਤੇ ਉਹ ਫਿਰ ਇਹ ਵੀ ਜ਼ਿਕਰ ਕਰਦੇ ਨੇ ਕਿ ਪੰਜ ਭੀਰੀ ਦੀ ਕੋਈ ਢੇੜੀ ਸੀ, ਕੋਈ ਬੇੜੀ ਦਾ ਦਰਖਤ ਸੀ ਨਾਲ, ਵੱਡਾ ਜਿਹਾ ਘਰ ਸੀ। ਇਹ ਵੇਖਾ ਇਹ ਦਰਬਾਰ। ਅੱਛਾ। ਇਹ ਦਰਬਾਰ, ਇਹ ਵੇਖਿਆ ਇਹ ਦਰਬਾਰ, ਇਹਦੇ ਦਰਬਾਰ ਦੇ ਨਾਲ ਮੇਰੀ ਕੰਧ। ਅੱਛਾ। ਹਾਂ। ਉਹ ਦਰਬਾਰ ਹੈ, ਬੇਰੀ ਉਹਨਾਂ ਵੱਢ ਛੱਡੀ ਹੈ। ਅੱਛਾ ਅੱਛਾ। ਬੇਰੀ ਬੜੇ ਚਿਰ ਬਾਅਦ ਵੱਢੀ ਗਈ ਹੈ, ਬੇਰੀ ਜ਼ਰੂਰ ਹੈ ਸੀ ਅਤੇ ਉਹ ਹੁਣ ਉਹਦਾ ਗੁੰਮਟ ਦਰਬਾਰ ਬਣਾਇਆ। ਠੀਕ। ਅਤੇ ਜਿਹੜੇ ਬਾਬਾ ਇੱਥੇ ਆਪਣਾ ਕਸ਼ਮੀਰੀ ਸਨ ਬੱਟ, ਉਹ ਸਾਡੇ ਸਨ। ਅੱਛਾ। ਉਹ ਤੁਹਾਡੇ ਸਨ? ਬਾਬਾ ਨੱਥੂ ਸੀ, ਅੱਲਾ ਦਿੱਤਾ ਸੀ। ਅੱਛਾ। ਦੁੱਲਾ ਸੀ, ਅੱਲਾ ਰੱਖਾ ਸੀ। ਅੱਛਾ। ਬਾਬਾ ਕਰੀਮ ਸੀ, ਮਮਦੀਨ ਦੀਨਦਾਰ ਸੀ। ਠੀਕ ਹੈ। ਉਹ ਬੰਦੇ ਉਹ ਮੇਰੇ ਤਾਏ ਚਾਚੇ ਦੇ ਨੇ ਜਿਹੜੇ ਨੇ ਨਾ, ਅਲੀ ਮਹੰਮਦ ਬਾਬਾ ਅਲੀ ਮਹੰਮਦ, ਅਤੇ ਅਸੀਂ ਅੱਲਾ ਦਿੱਤੇ ਕਿ ਅਸੀਂ ਚੌਂ ਦਾਦਿਆਂ ਦੀ ਰਾਤ ਆ ਮੰਗ ਵਾਲੇ, ਅਤੇ ਅਸੀਂ ਸਾਡੇ ਚੌਂ ਦਾਦਿਆਂ ਦੀ ਰਾਤ ਨੇ ਉਹ। ਹੁਣ ਗੱਲ ਦੀ ਸਮਝ ਆਈ ਆ? ਮੈਂ ਤਾਂ ਇਹ ਵੀ ਸੁਣਿਆ ਕਿ ਭਾਈ ਆ ਪੰਜ ਪਿੰਡ ਸਨ ਵੜੈਲ ਜੱਟਾਂ ਦੇ। ਜੀ। ਚਾਂਗੜੀਆਂ। ਜੀ। ਜੱਲੋ ਵਾਲੀ। ਹਾਂ। ਅਤੇ ਮਾਂਗਾ। ਹਾਂ। ਅੱਲੜ ਅਤੇ ਬਸਰਾ। ਹਾਂ। ਹੈ ਨਾ, ਇਹ ਠੀਕ ਗੱਲ ਹੈ। ਹਾਂ ਹਾਂ। ਯਾਨੀ ਕਿ ਕਹਿ ਲਓ 400-500 ਸਾਲ ਪੁਰਾਣੀ ਤਰੀਖ ਹੈ। ਕਿਧਰੇ ਚਾਲ ਗਿੱਲ ਬਸਰਾ, ਚਾਲ ਗਿੱਲ ਜਜਰਾਨ ਨੇ ਮਤਬਲੇ
ਤੇ ਸਾਰੇ ਪਿੰਡ ਦੇ ਖਾਨਾ ਵਾਲੀ ਹੈ ਪਰਾਂ ਫਲੋਰਾ। ਜਦੋਂ ਤੁਸੀਂ ਇੱਥੇ ਆਏ ਹੋ ਇਸ ਪਿੰਡ 'ਚ ਜੱਲਵਾਲੀ 'ਚ ਪਾਕਿਸਤਾਨ ਬਣਨ ਤੋਂ ਬਾਅਦ, ਉਦੋਂ ਮੇਰਾ ਖਿਆਲ ਇਹਨੂੰ ਥਾਣਾ ਫਲੋਰਾ ਲੱਗਦਾ ਹੈਗਾ। ਆਹੋ ਉਹਦਾ ਥਾਣਾ ਫਲੋਰਾ ਸੀ। ਠੀਕ। ਅਤੇ ਤਹਿਸੀਲ ਸਿਆਲਕੋਟ ਸੀ ਪਸਰੂਰ? ਪਸਰੂਰ, ਸ਼ੁਰੂ ਤੋਂ ਪਸਰੂਰ ਹੀ ਰਹੀ ਹੈ। ਪਸਰੂਰ ਜ਼ਿਲ੍ਹਾ ਸਿਆਲਕੋਟ। ਹੁਣ ਤੁਸੀਂ ਸਾਨੂੰ ਉਹ ਦੱਸ ਸਕਦੇ ਹੋ ਬੇਰੀ ਦਾ ਦਰਖਤ ਕਿੱਥੇ ਸੀ, ਨਿਸ਼ਾਨਦੇਹੀ ਕਰ ਸਕਦੇ ਥੋੜ੍ਹੀ ਜੀ? ਦਰਬਾਰ ਦਾ ਆਪਣਾ ਆਖਿਆ, ਦਰਬਾਰ ਦਰਬਾਰ ਦੇ ਵਿੱਚ ਸੀ ਉਹ ਬੇਰੀ ਪੁੱਟ ਛੱਡੀ ਹੈ। ਅੱਛਾ, ਦਰਬਾਰ ਬਣਾਇਆ। ਅੱਛਾ ਜੀ, ਅੱਛਾ ਜੀ, ਠੀਕ ਹੈ। ਹੁਣ ਪੁਰਾਣੀ ਕੋਈ ਨਿਸ਼ਾਨੀ ਨਹੀਂ ਰਹੀ, ਆ ਜਾ ਕੇ ਦਰਬਾਰ ਸ਼ਰੀਫ ਹੈਨਾ, ਅਤੇ ਖੂਹ ਵੀ ਤੁਹਾਨੂੰ ਪਤਾ ਜ਼ਰੂਰਤਾਂ ਖਤਮ ਹੋ ਗਈਆਂ। ਹਾਂ, ਖੂਹ ਪੂਰਕਤੇ ਨੇ, ਡਾਲੀਆਂ ਵਾਲਾ ਵੀ ਉਹਨੂੰ ਆਖੋ ਪੂਰਕਤਾ ਹੈ। ਅੱਛਾ, ਸਾਰੇ ਡਲ ਵੀ, ਲੱਲੀਆਂ ਵਾਲੇ ਵੀ, ਬਾਕਰ ਵਾਲੇ ਵੀ। ਕਿੰਨੇ ਖੂਹ ਸਨ ਪਿੰਡ ਜੱਲੋ ਵਾਲੀ ਦੇ ਤੁਸੀਂ ਜਿਹੜੇ ਵੇਖੇ? ਵੇਖੇ ਅਸਾਂ ਤਰੈ, ਇੱਕ ਤੇ ਆ ਸੀ ਨਾ ਪਿੰਡ ਵਾਲਾ। ਅੱਛਾ। ਇੱਕ ਡਾਲੀਆਂ ਵਾਲਾ। ਅੱਛਾ। ਇੱਕ ਡਲ। ਅੱਛਾ। ਤਰੈ ਲੱਲੀਆਂ ਵਾਲੇ ਤੇ ਇਹਨਾਂ ਦਾ ਖੂਹ, ਇਹਦਾ ਖੂਹ ਹੋਇਆ ਸੀ ਬਹਾਦਰ, ਬਹਾਦਰ ਦਾ ਖੂਹ। ਦੋ ਮਰਲਾਂ ਦੇ ਖੂਹ ਤੇ ਨੇ, ਅਸਾਂ ਤੇ ਬਾਕਰ ਵਾਲੇ ਤੇ ਦੋ ਸਨ, ਇਹ ਅਸਾਂ ਵੇਖੇ। ਵਾਹੇ ਨੇ ਵੇਖੇ ਵੀ ਨੇ, ਵਾਹੇ ਦੇ ਵੀ ਨੇ। ਹੁਣ ਗੱਲ ਦੀ ਆ ਗਈ ਸਮਝ? ਸਮਝ ਆ ਗਈ। ਖੂਹ ਅਸਾਂ ਵਾਹੇ ਨੇ ਬੜਾ ਚਿਰ, ਖੂਹਾਂ ਦੀ ਵਾਹੀ ਤੇ ਮੇਰੀ ਗੱਲ ਸੁਣ ਲੈ। ਸਾਡੀ 30-30 ਮਾਣੀਆਂ ਕਣਕ ਇੱਕ ਬੋਲ ਮਿਲਿਆ। ਖੂਹਾਂ ਦੀ ਵਾਹੀ ਦੀ ਗੱਲ ਕਰ ਰਿਹਾ। ਬੱਲੇ 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 ਬੱਲੇ। ਅੱਛਾ, ਤਰੀਆਂ ਤਰੀਆਂ ਮਾਣੀਆਂ ਦਾ ਇੱਕ ਬੋਲ ਮਿਲਿਆ। ਫਿਰ ਉਹ ਇੱਕ ਦਾਇਰਦਾਰ ਸੀ। ਅੱਛਾ, ਗੁਲਾਮ ਦਸਗੀਰ ਉਹਦਾ ਨਾਂ ਹੈ, ਅਤੇ ਮਿੰਟ ਕੁਮਰੀ ਕੀਤਾ ਵਤਨੀ ਉਹ ਉਹਨਾਂ ਗਏ ਨੇ। ਅੱਛਾ, ਉਹ ਵੀ ਮਹਾਜਰ ਸਨ, ਉਹਦੀ ਆ ਤਰੈ ਮਰੱਬੇ ਜ਼ਮੀਨ ਸੀ। ਅੱਛਾ, ਅਤੇ ਤਰੀਆਂ ਮਾਣੀਆਂ ਦਾ ਬੋਲ ਮਿਲਿਆ ਸੀ, ਅਤੇ ਜਿਸ ਘੜੀ ਮਿਲਦੇ ਹਨ ਅਤੇ ਦਾਣੇ ਰਹਿੰਦੇ ਹਨ ਦੋ ਮਾਣੀਆਂ ਅੱਗੇ। ਅੱਛਾ, ਮੈਂ ਹੱਕੀ ਸੱਚੀ ਗੱਲ ਕਰਨੀ ਹੈ। ਬੜੀ ਗੱਲ, ਠੀਕ ਹੈ। ਅਤੇ ਉਹ ਆਖਣ ਲੱਗਾ ਮੇਰੇ ਭਰਾ ਨੂੰ, ਓਏ ਬਗ ਬਗਿਆ, ਉੱਠ ਖਲੋ ਇੱਥੋਂ ਬੋਲ ਤੋਂ। ਆਖਣ ਲੱਗਾ ਇੱਕ ਬੰਦਾ, ਚੌਰੀ ਜੀ ਦਾਣੇ ਬੜੇ ਨੇ। ਆਖਣ ਲੱਗਾ ਮੇਰੇ ਕੋਲ ਤੈਨੂੰ ਬਹੁਤਾ ਲੱਭਦਾ ਹੋਏ ਤਾਂ ਉੱਠ ਨਹੀਂ ਦਿਆ। ਅੱਛਾ, ਆਖਣ ਲੱਗਾ ਮਹੀਦ ਫਰਸ਼ੇਦ ਹਾਲ ਖੇਸ ਵਿਛਾਓ ਅਤੇ ਦਾਣੇ ਪਾ ਕੇ ਘਰ ਤੋਂ ਬਹਿ ਦਿਓ। ਠੀਕ, ਇਸ ਤਰ੍ਹਾਂ ਦੀ ਆਈ ਹੈ। ਪਰ ਕੀ ਜਿਹੜੇ ਹੋਰ ਰਾਹ ਸਨ ਉਹਦੇ ਇਮਾਨਦਾਰੀ ਦੀ ਗੱਲ ਹੈ, ਇੰਨਾ ਖਾਣਾ ਵੇਖਿਆ, ਉਹ ਝੁੱਲੜੇ ਵੀ ਪਾ ਕੇ ਲੈ ਜਾਂਦੇ ਹਨ ਅਤੇ ਭੜੀਆਂ ਨੂੰ ਪਾੜ ਕੇ ਆਪਣੇ ਲੈ ਜਾਂਦੇ ਹੁੰਦੇ, ਅਤੇ ਅਸੀਂ ਦਾਣਾ ਨਹੀਂ ਖਾਏ ਕੰਮ ਦਾ ਕਰ। ਸਮਝ ਆਈ? ਤਾਂ ਇੰਨੇ ਅੱਲਾ ਦੀ ਰਹਿਣਾ ਸੀ ਉਸ ਅਹਿਲਦਾਰ ਇੱਥੋਂ ਦੇ ਰਹਿਣ ਵਾਲੇ ਸਨ। ਮਿੰਟ ਘੁੰਮਰੀ ਰੋਡ, ਹਾਂ ਉਹ ਮਹਾਜਰ ਸਨ, ਇੰਦਰ ਸਨ ਨਹੀਂ, ਮਹਾਜਰ ਨੇ ਉਹ ਮਿੰਟ ਘੁੰਮਰੀ ਚੀਜ਼ ਚਾਹ। ਅੱਛਾ, ਉਹ ਜ਼ਮੀਨ ਇੱਥੇ ਇਹਨਾਂ ਨੂੰ ਲਾਟ ਆ ਤਾਂ ਦੇ ਗਏ ਨੇ, ਹੁਣ ਵੇਚ ਵੱਟ ਗਏ ਨੇ। ਇੱਥੇ ਬੜੇ ਗਈ ਇੱਥੇ ਸਾਰੇ ਹੁਣ ਤੇ ਇਹ ਵੇ ਪਈ 30-32-33-40-24 ਲੱਗ ਪਈ ਇਹ ਕਿੱਲਾ ਵਿਕਣ। ਤੁਹਾਡੀ ਇਹ ਗੱਲਬਾਤ ਸੁਣਨੀ ਉੱਧਰ ਦਿਆਂ ਲੋਕਾਂ ਨੇ ਵੀ? ਅੱਛਾ, ਬੱਗਾ ਛੀਨਾ ਦੇ ਜਿਹੜੇ ਲੋਕ ਨੇ, ਆਪਣਾ ਘਰ ਯਾਦ ਪਿੰਡ ਦੀ ਕਿਹੜੀ ਬਾਈ ਸੀ, ਬੱਗੇ ਸੀ ਜਾਂ ਛੀਨੇ ਸੀ ਘਰ ਆਪਣਾ? ਬੱਗੇ, ਬੱਗਿਆਂ ਦਾ, ਮੈਂ ਬੱਗਿਆਂ ਦਾ। ਹਾਂ, ਆਪਣੇ ਨਿੱਕੇ ਪਿੰਡ ਦੇ ਅਸੀਂ ਜਿਹਨੂੰ ਜਿੱਥੇ ਬਾਬਾ ਸਰਦਾਰ ਸੂ ਲੈਣਾ। ਅੱਛਾ, ਉੱਥੇ ਅਸੀਂ ਸਾਡਾ ਨਾਲ ਦੱਖਣ ਪਾਸੇ ਪਿੰਡੋਂ ਘਰ ਸੀ। ਠੀਕ ਹੈ। ਖੂਹੀ ਦੇ ਨਾਲ ਸਾਡੀ ਕੰਧ ਸੀ। ਅੱਛਾ, ਅਤੇ ਨਾ ਸਕਾ ਹੁੰਦਾ ਸੀ। ਅੱਛਾ, ਅਤੇ ਉਹ ਪਾਣੀ ਭਰ ਕੇ ਅਤੇ ਸਾਨੂੰ ਦਿੰਦਾ ਸੀ। ਅੱਛਾ, ਪਿੰਡ ਵਿੱਚ। ਠੀਕ ਹੈ। ਹਾਂ, ਅਤੇ ਵੱਡਾ ਪਿੰਡ ਜਿਹੜਾ ਸੀ ਨਾ, ਉਹ ਬੜਾ ਵੱਡਾ ਪਿੰਡ ਸੀ, ਹਰ ਦੁਨੀਆਂ ਦੀ ਚੀਜ਼ ਉੱਥੇ ਸੀ ਵੱਡੇ ਪਿੰਡ 'ਚ। ਅੱਛਾ, ਬੱਗਿਆਂ 'ਚ। ਠੀਕ ਹੈ। ਅਤੇ ਸਿੱਖ ਵੀ ਚੰਗੇ ਹਨ। ਅੱਛਾ, ਅਤੇ ਮੇਰਾ ਮਤਬਲੇ ਵੀ ਉਹ ਨਾ ਦੱਸੋ ਸਾਨੂੰ ਕਿਸੇ ਬੰਦੇ ਕਿਸੇ ਸਿੱਖ ਦਾ ਜਿਹਦੇ ਨਾਲ ਤੁਹਾਡੇ ਵਾਲਾ ਸਾਹਿਬ ਦੀ ਬੜੀ ਪ੍ਰੀਤ ਸੀ, ਬੜਾ ਯਰਾਨਾ ਸੀ। ਉਹ ਸੰਤ ਸਿੰਘ ਸੀ। ਅੱਛਾ, ਅਤੇ ਹੁਣ ਮੈਨੂੰ ਨਾਂ ਥੋੜ੍ਹੇ ਥੋੜ੍ਹੇ ਆਉਂਦੇ ਨੇ, ਮੈਂ ਕੋਈ ਗੱਲ ਨਹੀਂ, ਚਲੋ ਜਿੰਨੇ ਵੀ ਆਉਂਦੇ ਨੇ। ਬਰੀਕਾ ਸੀ। ਅੱਛਾ, ਇਸ ਤਰ੍ਹਾਂ ਦੇ ਨਾਂ ਸਨ। ਮੰਗਲ ਸਿੰਘ ਸੀ। ਅੱਛਾ, ਅਤੇ ਫੁੱਦੂ ਸਾਹਿਬ ਸਨ। ਅੱਛਾ, ਉਹ ਮਾਂ ਵੱਡੇ ਪਿੰਡ ਦੇ ਹਨ ਜਿਹਦੇ ਨਾਲ ਸਾਡਾ
ਮੇਰਾ ਭਾਈ ਲੜਦਾ ਸੀ। ਅੱਛਾ ਅੱਛਾ। ਅਤੇ ਹੋਰ ਮੈਨੂੰ ਬਹੁਤਿਆਂ ਦਾ ਨਹੀਂ ਪਤਾ, ਮੈਂ ਥੋੜ੍ਹਿਆਂ ਦਾ। ਉਹ ਜਿਹੜੇ ਤੁਸੀਂ ਦੱਸਿਆ ਕਿ ਜਿਹੜੇ ਸਿੱਖ ਨਾਲ ਤੁਹਾਡੀ ਖਹਿ ਵਖਿਆ ਸੀ ਵੱਡੇ ਭਾਈ ਨਾਲ, ਉਹਦੀ ਅਣਬਣ ਹੋ ਗਈ ਸੀ, ਉਹਦਾ ਨਾਂ ਕੀ ਦੱਸਿਆ? ਕੁਤਲ ਸਾਹਿਬ। ਅੱਛਾ। ਹਾਂ, ਅਤੇ ਉਹਨੇ ਫਿਰ ਤੁਹਾਨੂੰ ਨੁਕਸਾਨ ਤਾਂ ਨਹੀਂ ਪਹੁੰਚਾਇਆ? ਉਸ ਨਹੀਂ, ਬਚ ਗਿਆ, ਬਚ ਬਚਤ ਹੋ ਗਈ। ਹਾਂ, ਫਿਰ ਮੇਰਾ ਭਾਈ ਉੱਧਰ ਗਿਆ ਸੀ। ਅੱਛਾ, ਬਾਅਦ ਚੋਂ? ਬਾਅਦ ਚ ਫਿਰ ਪਰਮਿਟ ਕਟਾ ਕੇ ਉਹਨਾਂ ਬੜੀ ਮਿਹਨਤ ਕੀਤੀ ਸੀ। ਵਾਹ, ਬੜਾ ਅੰਮ੍ਰਿਤਸਰ ਖੜਦੇ ਹਨ ਮੁੰਡੇ। ਅੱਛਾ ਜੀ, ਨਾਂ ਦੱਸੋ ਆਪਣੇ ਭਰਾ ਦਾ ਜਿਹੜੇ ਗਏ ਵਾਪਸ ਫੇਰ। ਨਜ਼ੀਰ ਅਹਿਮਦ ਨਾਂ ਸੀ ਉਹਦਾ। ਨਜ਼ੀਰ ਅਹਿਮਦ। ਬਸ਼ੀਰ ਅਤੇ ਨਜ਼ੀਰ ਅਤੇ ਮੀਰ ਅਤੇ ਰਸ਼ੀਦ, ਚਾਰ ਭਰਾ ਸੀ। ਠੀਕ ਹੈ। ਅਤੇ ਰਹੀਮ ਬਖਸ਼ ਮੇਰੇ ਬਾਪ ਦਾ ਨਾਂ ਹੈ। ਅਤੇ ਫਿਰ ਤੁਹਾਡਾ ਜਿਹੜਾ ਭਾਈ ਵਾਪਸ ਆਇਆ, ਬਸ਼ੀਰ ਨਾਂ ਦੱਸਿਆ ਉਹਦਾ, ਨਜ਼ੀਰ ਅਹਿਮਦ, ਨਜ਼ੀਰ ਅਹਿਮਦ, ਉਹ ਫਿਰ ਆ ਕੇ ਤੁਹਾਨੂੰ ਕੀ ਗੱਲਾਂ ਸੁਣਾਉਂਦਾ ਸੀ? ਭਾਰ ਉਵੇਂ ਦੱਸਿਆ ਜਾਂ ਬਦਲ ਗਿਆ, ਨਕਸ਼ਾ ਚੇਂਜ ਹੋ ਗਿਆ? ਨਹੀਂ, ਉਹ ਉਹਨਾਂ ਬੜੀ ਖਿਦਮਤ ਕੀਤੀ ਹਾਰ ਪਾਸੇ। ਉਹ ਮੁੰਡੇ ਉਹਦੇ ਯਾਰ ਸਨ, ਅੰਮ੍ਰਿਤਸਰ ਜਾਂਦੇ ਹਨ ਫਿਲਮਾਂ ਵੇਖਣ। ਅਤੇ ਹੋਰ ਕੋਈ ਥੋੜ੍ਹੀ ਜਿਹੀ ਗੱਲ, ਜਿਹੜੇ ਛੀਨਿਆਂ ਦੇ ਬੰਦੇ ਸਨ ਨਾ, ਮੇਰਾ ਭਰਾ ਜਾਂਦਾ ਸੀ ਪਿਆ ਸੰਧੂ ਨਹੀਂ ਕੱਟਿਆਂ ਦਾ ਖੂਹ, ਉਹਨਾਂ ਨੂੰ ਆਉਂਦੇ ਸਨ ਕੱਟਿਆਂ ਦਾ ਖੂਹ। ਹਾਂ, ਕੱਟਿਆਂ ਵਾਲੇ ਆਉਂਦੇ ਆ, ਅਤੇ ਉਹਨਾਂ ਦੇ 9-20 ਵੀਘਾ ਜ਼ਮੀਨ ਸੀ ਉੱਥੇ, ਉਹਨਾਂ ਨੂੰ ਮੌਕਾ ਪੈਂਦਾ ਸੀ। ਅਤੇ ਉਹਨਾਂ ਇਹ ਆਉਂਦਾ ਸੀ ਅਤੇ ਉਹ ਪਿੰਡ ਨੂੰ ਜਾਂਦਾ ਸੀ ਅਤੇ ਇਹ ਗੱਲਾਂ ਕਿਸੇ ਨਾਲ ਕਰਦਾ ਹੁੰਦਾ ਸੀ, ਅਤੇ ਉਹ ਆਖਣ ਲੱਗਾ, ਉਹ ਨਜ਼ੀਰ ਆ ਜਾ, ਆਹੋ ਆ ਜਾ ਪਿਛਾ। ਹੁਣ ਆਖਣ ਲੱਗਾ, ਮੈਂ ਹੁਣ ਸਵੇਰੇ ਥਾਣੇ ਜਾਣਾ ਅਤੇ ਫਿਰ ਉਤਾਰ ਧੋਣਾ ਅਤੇ ਮੈਂ ਫਿਰ ਮੈਂ ਆਉਣਾ। ਉਸ ਦਿਨ ਪਹਿਲੇ ਦਿਨ ਹੀ ਉਹਨੇ ਪਛਾਣ ਲਿਆ ਸੀ, ਇੱਦਾਂ ਹੀ ਉਹਨੇ। ਵਾਹ, ਮਤਲਬ ਪਿਆਰ ਪੂਰਾ ਸੀ, ਪਿਆਰ ਪੂਰਾ ਸੀ, ਬੜੇ ਉਹ ਚਾਅ ਕੀਤਾ ਉਹਨਾਂ ਤੁਹਾਡੇ ਭਾਈ, ਬੜਾ ਵੱਡਾ ਕੇ ਉਹਨਾਂ। ਫਿਰ ਪਿੰਡ ਸਾਰਿਆਂ ਰੋਟੀ ਅਤੇ ਸਾਰੇ ਪਿੰਡ ਮੇਰੇ ਮੇਰੇ ਸਾਰੇ ਜੀ। ਤੁਹਾਡਾ ਹੁਣ ਉੱਥੋਂ ਇਹ ਗੱਲਬਾਤ ਸੁਣਨੀ ਬੱਗੇ ਦਾ ਲੋਕਾਂ ਨੇ ਵੀ, ਛੀਨੇ ਦਾ ਲੋਕਾਂ ਨੇ ਵੀ? ਅੱਛਾ। ਕਹਿੰਦਾ ਕਿ ਸਾਡੇ ਬਾਬੇ ਨਾਲ ਗੱਲ ਕਰਾਓ, ਬਾਬੇ ਸ਼ਹੀਦ ਨਾਲ, ਬਾਬੇ ਜਿਹੜੇ ਸੰਤ ਸਿੰਘ ਦਾ ਨਾਂ ਲਿਆ, ਮੇਰਾ ਦਾਦਾ ਸੀ, ਮੇਰਾ ਆਪਣਾ ਨਾਨਾ ਸੀ, ਮਤਲਬ ਗੱਲ ਕਰੋਗੇ ਤੁਸੀਂ ਇਹਨਾਂ ਨਾਲ? ਇਨਸ਼ਾਅੱਲਾ, ਇੱਕ ਵਾਰੀ ਛੱਡ ਕੇ ਹਜ਼ਾਰ ਵਾਰੀ ਆਖੋ ਕਿ ਗੱਲ ਕਰੋ। ਠੀਕ। ਸਾਡਾ ਮੇਰਾ ਇੱਕ ਪੁੱਤਰੀਆ ਹੈ ਅਤੇ ਤਾਂ ਛੋਟਾ ਹੈ, ਜਿਹੜਾ ਗਿਆ ਮੇਰਾ ਸਾਕਾ ਪੁੱਤਰੀਆ। ਅੱਛਾ ਅੱਛਾ। ਅਤੇ ਜਿਹਦੇ ਨਾਲ ਉਹ ਸਿੱਖ ਲੜਦਾ ਸੀ ਮੈਂ। ਅੱਛਾ। ਅਤੇ ਉਹ ਹਿੰਦੂ ਸੀ, ਇਸ ਤਰ੍ਹਾਂ ਕਰਕੇ ਅਤੇ ਘਸੀਟਾ ਸੀ, ਬੂਟਾ ਸੀ, ਇਸ ਤਰ੍ਹਾਂ ਹਨ ਨਾ। ਤੁਹਾਡੇ ਹਾਨ ਦੇ ਜਿਹੜੇ ਮੁੰਡੇ ਸਨ, ਇਹਨਾਂ ਚੋਂ ਆਪਣਾ ਮਾਛੇ ਝੂਰ, ਇਹਨਾਂ ਚੋਂ ਜਾਂ ਸਿੱਖਾਂ ਚੋਂ ਮੁੰਡੇ ਆਏ ਸਨ ਤੁਹਾਡੇ ਹਾਨ ਦੇ? ਮਾਛੇ ਮੂਛੇ ਸਾਡੇ ਨਹੀਂ ਸਨ ਉੱਥੇ। ਅੱਛਾ, ਸਿੱਖ ਹੀ ਸਨ? ਸਿੱਖ ਸਨ ਅਤੇ ਮੁਸਲਮਾਨ ਸਨ। ਉਹਨਾਂ ਦੇ ਮੁੰਡੇ ਆਏ ਸਨ ਤੁਹਾਡੇ ਹਾਨ ਦੇ? ਆ ਮੇਰੇ ਨਾਲ ਉਹ ਵੱਡੇ ਖੂਹਾਂ ਦੇ ਨਹਾਉਣ ਜਾਣਾ, ਖੇਡਣ ਖੁੱਡਣ, ਵੱਡੇ ਹਨ ਮੇਰੇ ਤੋਂ ਅਤੇ ਛੋਟੇ ਹੈ ਸਨ, ਇਹਨਾਂ ਨਾਂ ਉਦੋਂ ਦੇ ਸਮਾਂ ਕੋਈ ਹੁਣ ਸਾਡਾ ਉਹੋ ਜਿਹਾ ਹੋਇਆ ਅਤੇ ਭੁੱਲ ਗਿਆ। ਅਸੀਂ ਨਹਿਰ ਸਾਡੇ ਪਿੰਡੋਂ ਦੱਖਣ ਪਾਸੇ, ਅੱਛਾ, ਖਜੂਰਾਂ ਦਾ ਵੀ ਆਇਆ ਸੀ। ਅੱਛਾ। ਬਾਗ ਬੜਾ ਵੱਡਾ ਸੀ। ਅੱਛਾ। ਅਤੇ ਮਰਮਰੇ ਸਾਡੇ ਖੂਹ 'ਤੇ ਜਿਹੜੇ ਸੀ ਉੱਥੇ ਵੀ ਬਾਗ ਸੀ, ਜਿੱਥੇ ਅਸੀਂ ਡੰਗਰ ਪਾਉਂਦੇ ਹਾਂ ਉੱਥੇ ਵੀ ਤਰੇ ਬੂਟੇ ਸਨ। ਤੁਹਾਡੇ ਖੂਹ ਦੀ ਅੱਲ ਕੀ ਸੀ, ਉਹਦਾ ਕੀ ਨਾਂ ਸੀ? ਉਹਦਾ ਨਾਂ ਦਾ ਨਹੀਂ ਮੈਨੂੰ ਪਤਾ। ਅੱਛਾ। ਮੈਂ ਝੂਠ ਮਾਰ। ਬੱਗੇ ਪਿੰਡ ਦੀ ਕਿਹੜੀ ਬਾਈ ਸੀ ਖੂਹ? ਚੜ੍ਹਦੇ ਪਾਸੇ। ਚੜ੍ਹਦੇ ਪਾਸੇ ਖੂਹ, ਜਿੱਧਰ ਮੌਕਾ ਸੀ ਨਹਿਰ ਦਾ। ਅੱਛਾ, ਜਿੱਧਰ ਨਹਿਰ ਦਾ ਮੌਕਾ ਸੀ। ਹਾਂ, ਅਤੇ ਮਰ ਪਈ ਪਾਣੀ ਆਉਂਦਾ ਸੀ ਸਾਨੂੰ ਅਤੇ ਅੱਗੇ ਜਿਹੜਾ ਜਾਂਦਾ ਸੀ ਇਹ ਇਸ ਤਰ੍ਹਾਂ ਆਉਂਦਾ ਸੀ। ਮੇਲਾ ਕਿਹੜਾ ਮਸ਼ਹੂਰ ਸੀ ਉਸ ਇਲਾਕੇ ਦਾ? ਮੇਲਾ ਉੱਥੇ ਲੱਗਦਾ ਸੀ ਦਰਬਾਰ ਦੇ ਨਾਲ ਹੀ, ਨਹਿਰ ਦੇ ਨਾਲ ਦਰਬਾਰ ਸੀ। ਅੱਛਾ। ਉੱਥੇ ਠੀਕ ਹੈ, ਕੋਠੀ ਵੀ ਹੈ ਸੀ ਨਹਿਰ ਦੇ ਉੱਤੇ ਬਣੀ। ਅੱਛਾ। ਅਤੇ ਕੋਠੀ ਦੇ ਨਾਲ ਬਾਗ ਸੀ ਅਤੇ ਬਾਗ ਵਾਲੇ ਥਾਂ ਵੀ ਦਰ ਬਾਗ ਸੀ ਦਰਬਾਰ ਵਾਲੇ ਥਾਂ ਵੀ। ਠੀਕ। ਨਛਈਆਂ ਦਾ ਬਾਗ ਦਰਬਾਰ ਸੀ ਉਹ। ਅੱਛਾ। ਨੰਗਲੋਂ ਲੈਂਦੇ। ਠੀਕ ਹੈ, ਨੰਗਲ ਪਿੰਡ ਦੇ ਲੈਂਦੇ ਬਾਈ। ਹਾਂ, ਅਤੇ ਨੰਗਲ ਪਰਾਂ ਸੀ ਇੱਕ ਝੋਟੀ ਸੀ, ਪਿੱਟੇ ਵੱਢ ਸਨ, ਇਸ ਤਰ੍ਹਾਂ ਦੇ ਕਰਕੇ ਨਾ ਸਨ। ਮੈਂ 10-11 ਸਾਲ ਦਾ ਹਾਂ, ਬਹੁਤਾ ਨਹੀਂ ਸਨ। ਅਤੇ ਬਾਬਾ ਜੀ ਤੁਸੀਂ ਅੰਮ੍ਰਿਤਸਰ ਸ਼ਹਿਰ ਵੇਖਿਆ? ਮੈਂ ਸੰਭਾਲ ਹੈ ਕੋਈ ਥੋੜ੍ਹੀ ਬੋਲ? ਨਹੀਂ, ਕੋਈ ਨਹੀਂ, ਮੈਂ ਇੱਕ ਵਾਰੀ ਗਿਆ ਹਾਂ ਅਤੇ ਗੁਆਚ ਕੇ ਆ ਗਿਆ ਹਾਂ। ਅੱਛਾ। ਅਤੇ ਉੱਥੋਂ ਮੈਂ ਨਾ ਨਿਕਲ ਆਇਆ ਹਾਂ ਅਤੇ ਗੱਡੇ 'ਤੇ ਬਹਿ ਕੇ ਫਿਰ ਮੈਂ ਆ ਗਿਆ ਹਾਂ ਅਤੇ ਮੇਰੇ ਬਾਪ ਤੋਂ ਉੱਥੇ ਗਿਆ ਫਿਰ ਮੈਂ ਉਹਨਾਂ ਸੁਣਾ ਗਿਆ ਸੀ। ਅੱਛਾ। ਅਤੇ
ਮੈਨੂੰ ਕੋਈ ਪਿਓ ਜੀ ਕੀ ਯਾਦ ਮੈਂ ਤੇਰੇ ਅੱਗੇ ਝੂਠ ਮਾਰਾਂ ਜੁੰਦਲੀਆਂ ਯਾਦਾਂ ਨੇ ਅੰਮ੍ਰਿਤਸਰ ਪਾਸੇ ਛਿਆਟਾ ਮਿੱਲ ਸੀ ਬੜੀ ਵੱਡੀ ਅੰਮ੍ਰਿਤਸਰ ਸ਼ਹਿਰ ਚ ਜੀ ਅੱਛਾ ਦੱਖਣ ਪਹਾੜ ਪਾਈ ਉਹ ਮਿੱਲ ਕਾਹਦੀ ਸੀ ਆਟੇ ਦੀ ਇਹ ਨਹੀਂ ਮੈਨੂੰ ਪਤਾ ਬੜੀ ਵੱਡੀ ਮਿੱਲ ਸੀ ਤੇ ਗੱਡੀ ਉੱਥੋਂ ਦੀ ਲਾਗੇ ਉਹਦੀ ਲੰਘਦਾ ਸੀ ਗੱਡੀ ਦਾ ਪੁਲ ਸੀ ਉਹ ਮੈਂ ਵੇਖਿਆ ਗੱਡੀ ਦਾ ਪੁਲ ਠੀਕ ਜਿਹੜਾ ਨਾ ਕਿਹੜੀ ਬਰਾਦਰੀ ਬਾਬਾ ਜੀ ਆਪਣੀ ਅਸੀਂ ਮਾੜੇ ਜਿਹੇ ਲੋਕ ਸਵਟ ਬਣਾ ਦੀ ਠੀਕ ਬੱਟਾਂ ਵਿੱਚੋਂ ਪਹਿਲਵਾਨ ਹੋਏ ਬੜੇ ਬੜੇ ਨਾਮਵਰ ਹੋਏ ਇਸੇ ਤਰ੍ਹਾਂ ਹੀ ਆਪਣੇ ਖਾਨਦਾਨ ਦੇ ਵਿੱਚੋਂ ਵੀ ਕੋਈ ਭਲਵਾਨ ਹੋਇਆ ਭਲਵਾਨ ਨਹੀਂ ਹੋਇਆ ਹਾਂ ਆਪਣੇ ਚੋਂ ਇਹ ਹੋਇਆ ਹਾਂ ਤਸਵੀਰ ਹੋਇਆ ਸਫੀਰ ਸਫੀਰ ਅੱਛਾ ਅਤੇ ਸਫੀਰ ਤੋਂ ਸਫਾਰਸਖਾਨਿਆਂ ਦੇ ਉੱਤੇ ਹੋਇਆ ਠੀਕ ਹੈ ਉਹ ਜੋ ਦੁਨੀਆਂ ਦਾ ਮੁਲਕ ਹੈ ਨਾ ਉੱਥੇ ਜਾਂਦਾ ਸੀ ਅੱਛਾ ਮੇਰੀ ਸਕੀ ਮਾਸੀ ਦਾ ਪੋਤਰਾ ਸੀ ਅੱਛਾ ਜ਼ਿਲ੍ਹੇ ਅੰਮ੍ਰਿਤਸਰ ਜੋ ਕਿ ਆਏ ਨੇ ਅੱਛਾ ਉਹ ਦਿੱਲੀ ਸੀ ਉਸ ਵੇਲੇ ਬਹੁਤ ਜੀ ਬਹੁਤ ਉਹਨਾਂ ਦਾ ਨਾਂ ਜ਼ਰੂਰ ਦੱਸੋ ਨਾਂ ਉਹਨਾਂ ਦਾ ਮੁਨੱਵਰ ਸ਼ਹੀਦ ਸੀ ਮੁਨੱਵਰ ਦਾ ਸੀ ਅੱਛਾ ਅਤੇ ਆਲ ਦੁਨੀਆਂ ਦੇ ਮੁਲਕਾਂ ਦੇ ਵਿੱਚ ਜਿੱਦਣ ਉਹਦਾ ਵਾਲਦ ਸਾਹਿਬ ਗੁਜ਼ਰੇ ਨੇ ਅਤੇ ਇੱਥੋਂ ਫੋਨ ਗਿਆ ਹੈ ਕਤਰ 'ਚ ਅੱਛਾ ਉੱਥੇ ਉਹਨਾਂ ਦਾ ਚਾਚਾ ਸੀ ਸੱਕਾ ਅਤੇ ਉਹਦੇ ਪੁੱਤਰ ਸਨ ਉੱਥੇ ਉਹਨਾਂ ਆਖਿਆ ਵਾ ਚਾਚਾ ਜੀ ਅੱਬਾ ਜੀ ਦੀ ਡੈਥ ਹੋ ਗਈ ਅਟੈਕ ਹੋ ਗਿਆ ਅਤੇ ਭਾਅ ਜੀ ਨੂੰ ਵੀ ਉੱਥੋਂ ਫੋਨ ਕਰਦੇ ਉਹਨਾਂ ਆਖਿਆ ਠੀਕ ਹੋ ਗਿਆ ਤੁਸੀਂ ਕਦੋਂ ਆਓਗੇ ਉਹਨੇ ਆਖਿਆ ਦੱਸ ਨਿਆ ਤੁਹਾਨੂੰ ਸੋਚ ਕੇ ਉਹਨਾਂ ਸੋਚਿਆ ਸਮਝਿਆ ਉਹਨਾਂ ਆਖਿਆ ਅਸੀਂ ਠੀਕ 11 ਵਜੇ ਦਿਨ ਦੇ ਆ ਜਾਵਾਂਗੇ ਅੱਛਾ ਉਹਨਾਂ ਆਖਿਆ ਠੀਕ ਹੋਇਆ ਉਹਨੂੰ ਫੋਨ ਕੀਤਾ ਮਨੋਵਰ ਸ਼ਹੀਦ ਨੂੰ ਉਹਨੇ ਆਖਿਆ ਚਾਚਾ ਜੀ ਮੇਰਾ 36 ਘੰਟਿਆਂ ਦਾ ਰਸਤਾ ਹੈ ਅਤੇ ਅੱਬਾ ਜੀ ਦੀ ਲਾਸ਼ ਖਰਾਬ ਨਹੀਂ ਹੋਣੀ ਚਾਹੀਦੀ ਗਰਮੀ ਦੀ ਬਾੜ ਹੈ ਅਤੇ ਅੱਬਾ ਜੀ ਦੀ ਤੁਸੀਂ ਪਹੁੰਚ ਸਕਦੇ ਹੋ ਅਤੇ ਪਹੁੰਚੋ ਨਹੀਂ ਤਾਂ ਉਹਨਾਂ ਨੂੰ ਆਖੋ ਤਾਂ ਫਨਾ ਦਿਓ ਠੀਕ ਮੈਂ ਪਰਸੋਂ ਆਵਾਂ ਸਮਝ ਆਈ ਜੇ ਸਹੀ ਤੋ ਫਿਰ ਪਰਸੋਂ ਆਇਆ ਸੀ ਮੈਂ ਵੀ ਕਿਹਾ ਸਾ ਮੇਰੇ ਆਈ ਜੀ ਪੰਜਾਬ ਦਾ ਹੋਏ ਆਈ ਜੀ ਪੰਜਾਬ ਦਾ ਹੋਏ ਅਤੇ ਲਾਹੌਰੋਂ ਕਾਰਾ 10-15 ਉਹਦੇ ਨਾਲ ਹੋਣ ਉਹਦੇ ਪਿਓ ਦੀ ਦੁਆ ਮੰਗਣ ਆਇਆ ਸੀ ਉਸ ਵੇਲੇ ਮੈਂ ਆਦਰਸ਼ ਕਿੰਨਾ ਚਿਰ ਪਹਿਲੇ ਕੀ ਗੱਲ ਹੈ ਇਹ ਭਾਈ ਹੋ ਗਈ ਹੈ 57 ਸਾਲਾਂ ਠੀਕ ਠੀਕ ਹੈ ਬਾਬਾ ਜੀ ਬਹੁਤ ਸੋਹਣੀਆਂ ਤੁਸੀਂ ਗੱਲਾਂ ਕੀਤੀਆਂ ਹਾਂਜੀ।